ਕਿਤੇ ਦੇ ਦਿੱਤਾ ਮੁੰਡੇ ਨੇ ਚੋਖਾ ਤੇ ਗੋਇਆ ਗੋਇਆ ਤੇ ਪਤਲਾ ਹੁਣ ਥੋੜ੍ਹਾ ਜਿਹਾ ਕਰਨ ਦੇਈਏ ਤੇ ਸਵੇਰ ਦੀਆਂ ਹੀ ਐਵੇਂ ਜਿਹੜੇ ਨੇ ਨਸ ਐਵੇਂ ਉਤਾਂ ਖਿੱਚਣ ਦੀ ਅੱਲਾ ਜਿਹਨੇ ਸੂਨ ਤੂੰ ਕਰਨ ਦੇਈਏ ਲੱਤਾਂ ਦੇ ਵਿੱਚ ਗਾਂ ਨੇ ਥਿਪਕਦੀ ਵੀ ਨਹੀਂ ਘਿਓ ਕਿੰਨਾ ਕੁ ਦਿੱਤਾ ਅੰਦਾਜ਼ੇ ਨਾਲ ਘਿਓ ਜਿਹਾ ਐਵੇਂ ਤੈਨੂੰ ਕਿ ਮੈਂ ਦੋ ਨਾਲਾਂ ਦੇ ਦਿੱਤੀ ਇਹਨਾਂ ਕਿ ਖਾਲ ਸੀ ਕਿ ਦੁੱਧ ਪਾਇਆ ਸੀ ਨਾਲ ਨਹੀਂ ਨਿਰਾ ਘਿਓ ਹੀ ਸੀ ਇਹਨਾਂ ਕਿ ਹਿਸਾਬ ਨਾਲ ਫਿਰ ਕਿਲੋ ਆ ਗਿਆ ਹਾਂਜੀ ਕਿਲੋ ਅੱਧਾ ਹਾਂ ਅੱਧਾ ਕਿਲੋ ਦੇ ਨਾਲ ਐ ਕੋ ਤਿੰਨ ਪਾ ਕੇ ਉਹ ਆ ਗਿਆ ਅੱਗੇ ਦਿੱਤਾ ਸੀ ਮੈਂ ਤੇ ਚੱਲ ਗਈ ਸੀ ਰਾਤੀ ਨਹੀਂ ਕਿਉਂ ਦੇਣ ਤੋਂ ਬਾਅਦ ਗੋਤਾ ਤੇ ਡੱਗਾ ਵੀ ਨਾ ਨਾ ਕੋਈ ਚੱਕਰ ਹੀ ਨਹੀਂ ਕੋਈ ਗੋਤਾ ਨਹੀਂ ਖਾਸੀ ਖਾਸੀ ਨਹੀਂ ਆਈ ਹਾਂ ਨਾ ਕੋਈ ਖੰਗਨ ਦੀ ਅੱਛਾ ਖੜੀ ਕਰੋ ਇਹ ਕਿਸੇ ਮੈਂ ਖੜੀ ਕਰਕੇ ਵਿਖਾਉ ਨਾਲ ਦੇਣਾ ਆ ਹੁਣੀ ਬੈਠੀ ਇੱਥੇ ਬਗਨੀ ਕਿੰਨਾ ਬੋ ਬਸਰ ਵੀ ਤੁਹਾਡੇ ਸਿਰ ਨੂੰ ਉਹੀ ਦਿਹਾੜੀ ਡੰਗ ਲੈਂਦੀ ਕਿ 10 ਦਿਨ ਲੈਂਦੀ ਸੌਣ ਚ ਸਾਨੂੰ ਇਹ ਇਸ ਚੀਜ਼ ਦਾ ਡਾਕਟਰ ਸਾਹਿਬ ਨਹੀਂ ਪਤਾ ਜੀ ਚਲੋ ਬੱਚਾ ਕਰ ਲੈਣੇ ਤੁਸੀਂ ਖੜੀ ਕਰੋ ਕਿ ਨਾ ਬੰਦਾ ਦਾ ਕਰ ਲੈਣੇ ਜਾਂ ਫਿਰ ਨਾ ਇਹਨੂੰ ਗਲਾਸ ਚੜਾ ਕੇ ਤੇ ਵੇਖ ਲੈਣੇ ਉਹ ਨਾੜਾ ਛਾੜਾ ਨਹੀਂ ਕਰਦੇ ਨਾੜਾ ਵੀ ਕੋਈ ਨਹੀਂ ਐਵੇਂ ਨਾ ਗੋਇਆ ਪੱਤਾ ਜਿਹਾ ਕਰੇ ਕੀ ਕਰਨ ਦੀ ਉਹ ਤਾਂ ਫਿਰ ਕਿਉਂ ਉਹਦੀ ਵੇ ਤੋਂ ਕਰਕੇ ਵੀ ਹੋ ਸਕਦਾ ਬਾਅਦ ਦਫਾ ਸੌਣ ਦੀ ਵਜ੍ਹਾ ਤੋਂ ਵੀ ਡੰਗਰ ਪਤਲਾ ਗੋਬਰ ਕਰ ਲੈਣੇ ਹਾਂਜੀ ਚੱਲ ਕਰ ਹੁਣੀ ਮਸੇ ਬੈਠ ਇਸ 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 ਹਲੇ ਵੀ ਨਾ ਸਾਰ ਨੂੰ ਪਤਾ ਹੀ ਨਹੀਂਗਾ ਟੈਂਪਰੇਚਰ ਵੀ ਨਾਰਮਲ ਹੀ 101 ਤੇ ਆਇਆ ਟੀਕਾ ਟੂਕਾ ਲਵਾਇਆ ਕਿਸੇ ਡਾਕਟਰ ਨੂੰ ਨਾ ਕੋਈ ਨਹੀਂ ਮੈਂ ਤੁਹਾਨੂੰ ਹੀ ਸੱਦਿਆ ਜੀ ਮੈਂ ਅਸੀਂ ਆਣਾ ਹੈ ਭਾਈ ਅਜੀ ਜ਼ਿਆਦ ਜ਼ੱਲਾ ਦੀ ਸਾਲ ਸਾਲੀ ਦੀ ਪਹਿਲਾ ਹੋ ਟੈਂਪਰੇਚਰ ਲਵਾ ਭਾਈ ਟੈਂਪਰੇਚਰ 100 ਆਇਆ ਕਿ ਕਿੰਨਾ ਆਇਆ ਮੇਰੇ ਕੋਲ ਹੀ ਟੈਂਪਰੇਚਰ ਹੈਗਾ ਮੈਂ ਵੇਖਿਆ ਨਹੀਂ ਫਿਰ ਵੀ ਵੇਖ ਲੈਂਦੇ ਹਾਂ 101 ही आया
ਪਿਸ਼ਾਬ ਉਹ ਪਾਣੀ ਦਾ ਮਤਰਾਗਾ ਸਾਡੀ ਕਿਤੇ ਬੋਲੇ ਜੀ ਹਾਂਜੀ 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 ਸਰ ਜੀ ਇਨਸ਼ਾਅੱਲਾ ਤਾਲਾ ਕੱਲ੍ਹ ਵਾਲੇ ਟਾਈਮ 'ਤੇ ਪਹੁੰਚ ਜਾਂਦਾ ਹਾਂਜੀ ਇਹਨੇ ਕੋਈ ਇਨਸ਼ਾਅੱਲਾ ਬੱਦਲਾ ਤੁਹਾਡੇ ਕੋਲ ਹੋਣਾ ਚਾਹੀਦਾ ਅਸੀਂ ਤਾਂ ਬਗੈਰ ਆਪਾਂ ਕੰਮ ਕਰਨਾ ਹੈ नहीं डॉक्टर जी तो बिस्मिल्लाह आ गया बच्चा सर रस्सी तो बजा रही हो अच्छा सर जी वो बिजी हैं मसला जी जी खिचो तुसी खिचो तुसी थले नो छड्डे ले पासे हां जी जो खिचो शाबाश सर जी ਜਿਹੜੀਆਂ ਗਾਵਾਂ ਰੋਟੀਆਂ ਖਾਧੀਆਂ ਹੋਈਆਂ ਨੇ ਸਰ ਜੀ ਉਹਨਾਂ ਨੂੰ ਪਾਣੀ ਕਿਹਾ ਕਹਿੰਦੇ ਪੈਣੇ ਪਿਆਈ ਹੈ ਨਾ ਸਹੀ ਸੁਬਾਹ ਪਿਆਣਾ ਸਰ ਜੀ ਜੀ ਮਾਲਕ ਜੀ ਸਰ ਜੀ ਬਾਲ ਮੈਨੂੰ ਬੁਲਾਓ ਤੁਸੀਂ ਜਰਾਨਾ ਮੁੰਡੇ ਯਾਰ ਕਿਸੇ ਨੂੰ ਆਵਾਜ਼ ਦੇ ਬਾਲਿਆ ਚਲੋ ਚਲੋ ਸ਼ਾਬਾਸ਼ ਅੱਛੇ ਬਾਲੇ ਨੂੰ ਆਵਾਜ਼ ਦੇ ਘਰ ਛੋਟਾ ਲਾਣਾ ਘਰ ਘਰ ਬੁਰਜੋਈ ਗਾਉਂ ਕੋ ਰਾਤ ਦੇ ਕਮਰੇ ਕਮਜ਼ੋਰ ਹੋ ਗਈ ਫੜੀ ਹਸਤਾਨ ਮੇਰੇ ਭਰਾ ਫੜ ਫੜ ਬਾਲੇ ਇਤਾਂ ਦਾ ਫਾਇਦੇ ਨਾ ਸੀ ਲੇਕਿਨ ਨੁਕਸਾਨ ਚਲੋ ਅੱਲਾ ਤੇ ਸਿਰ ਆਉਣ ਦੀ ਦੇਰ ਇੱਕ ਬੱਚਾ ਚੱਲ 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 ਜਾਣ ਦੇਣਾ ਫਿਰ ਬਾਅਦ ਚ ਮੂੰਹ ਸਾਫ਼ ਕਰ ਲੈਣਾ ਜਾਣ ਦਿਓ ਕੁਛ ਨੀ ਹੁੰਦਾ ਬੱਚੇ ਨੂੰ ਜਾਣਦੇ ਯਾਰ ਬਾਜ ਕਰ ਲੈ ਪੈਰ ਚੁੱਕ ਨਾ ਪਿਛਲੇ ਪਿਛਲੇ ਪੈਰ ਚੁੱਕ ਭਾਈ ਲਿਆਓ ਤੇਰਾ ਪਾ ਕੇ ਦਵਾਈ ਰੱਖ ਲਓ ਜਦੋਂ ਗਾਂ ਡਿੱਗਦੀ ਸੀ ਤੁਹਾਨੂੰ ਵੀ ਨਾਲ ਝੋਲਾ ਆ ਜਾਂਦਾ ਸੀ ਅੱਛਾ ਭਾਜੀ ਹੁਣ ਮਾਸ਼ਾਅੱਲਾ ਗਾਂ ਦਾ ਆਪਾਂ ਮਸਲਾ ਹੱਲ ਕੀਤਾ ਵੱਲੇ ਦਾ ਕੇਸ ਹੱਲ ਹੋ ਗਿਆ ਤੇ ਠੀਕ ਹੈ ਹੁਣ ਗਾਂ ਆਪਣੀ ਜੀ ਦੱਸੋ ਤੇਰਾ ਕੈਮਰਾ ਚੱਲਣ ਡਿਆ ਤੇਰਾ ਹਾਂਜੀ ਠੀਕ ਹੋ ਗਈ ਮਾਸ਼ਾਅੱਲਾ ਜੀ ਦਰੁਸਤੇ ਗਾਂ ਮਾਸ਼ਾਅੱਲਾ ਲਾ ਚਲੋ ਤੁਸੀਂ ਮੁਤਮਿਨ ਜੇ ਹਾਂਜੀ ਬਿਲਕੁਲ ਡਾਕਟਰ ਯਾਦ ਨੇ ਜਿਹੜਾ ਕੰਮ ਕੀਤਾ ਉਹ ਤਾਂ
ਤੁਸੀਂ ਮਾਸ਼ਾਅੱਲਾ ਠੀਕ ਹੋ ਜਾਨੀ ਕਿ ਮੁਤਮਨ ਜਿਸ ਕੰਮ ਤੇ ਮੁਤਮਨ ਜੀ ਮੁਤਮਨ ਮਾਸ਼ਾਅੱਲਾ ਚਲੋ ਜੀ ਲਓ ਜੀ ਡੋਦ ਲਓ ਧਿਆਨ ਨਾਲ ਵੀ ਥੈਂਕ ਯੂ।